जी अस्सलाम वालेकुम जी एंड सत श्री अकाल। मैं थोड़ा अपना बाबा जी और थोड़ा बाबा अच पहुँच गया वे लाहौर के अंदर। जी हाँ बिल्कुल जी, असं कल रात दे लाहौर में पहुंचे हुए हैं। साढ़े एक दोस्त जड़े ने ऑस्ट्रेलिया तो पाकिस्तान पहुंचे ने, असी लाहौर उन्होंने रिसीव किया और रात दे इतने ने और असी तो लैके जा रहे हैं गुरद्वारा श्री सिंह सिंघनिया। गुरद्वारा श्री सिंह सिंघनिया दे विच वो साढ़े नाल गलबात करेंगे वीर जी और वीर निशान सिंह नाल गल करने हैं। आओ सब तो पहले तो तुहानू मिलाने हैं वीर निशान सिंह नाल, क्योंकि कल तो राति वो बहुत थके टुटे आए थे, इसलिए उन्होंने बहुत ही गलबात नहीं हो चुकी हो सकी। तो वो किदा ना फील कर रहे हैं उन्होंने असं गल करते हैं जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ, ਨਾਲ ਨਾਲ ਗੱਲ ਕਰਦੇ ਹਾਂ। ਚਲੋ ਜੀ ਸੋ ਮੈਂ ਵੀਰੋ ਨਿਸ਼ਾਨ ਸਿੰਘ ਹਾਂ ਜੀ, ਅਤੇ ਕੱਲ੍ਹ ਰਾਤ ਪਹੁੰਚੇ ਸੀਗੇ ਇੱਥੇ, ਤਕਰੀਬਨ 1-2 ਵੱਜ ਗਏ ਸੀ ਸਵੇਰ ਦੇ, ਅਤੇ ਕਾਫੀ ਥੱਕੇ ਹੋਏ ਸੀਗੇ ਭਾਅ ਜੀ ਜਿਵੇਂ ਕਹਿ ਰਹੇ ਆ। ਹੁਣ ਜਿਹੜੀ ਆਪਾਂ ਅਰਦਾਸ ਕਰਦੇ ਹਾਂ ਸਾਰਾ ਸਿੱਖ ਜਗਤ, ਗੁਰੂ ਨਾਨਕ ਨਾਮ ਲੇਵਾ ਵਾਹਿਗੁਰੂ ਕਾ ਖਾਲਸਾ ਜੀ ਕੀ ਫਤਿਹ। ਜਿਹੜਾ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਅਤੇ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਆਧਾਰ 'ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਅਤੇ ਗੁਰੂ ਪਿਆਰਿਓ, 40 ਸਾਲ ਦੀ ਉਮਰ ਹੋ ਗਈ ਆ ਅੱਜ, ਗੁਰੂ ਸਾਹਿਬ ਨੇ ਉਹ ਮੇਰੇ ਵਾਸਤੇ ਅੱਜ ਦਰਵਾਜ਼ਾ ਖੋਲ੍ਹਿਆ, ਮੈਨੂੰ ਪਹਿਲੀ ਵਾਰ ਇੱਥੇ ਆਉਣ ਦਾ ਸੁਭਾਗ ਮੌਕਾ ਬਖਸ਼ਿਆ। ਮਹਾਰਾਜ ਨੇ ਸਾਰੇ ਦਰਸ਼ਨ ਦੇ ਦਾਰੇ ਬਖਸ਼ਣਗੇ। ਅੱਜ ਪਹਿਲਾ ਸਥਾਨ ਆ ਜਿੱਥੇ ਅਸੀਂ ਰਾਤ ਆ ਕੇ ਰੁਕੇ ਸੀਗੇ, ਇੱਥੇ ਰਿਹਾਇਸ਼ ਸੀਗੀ, ਬਹੁਤ ਸੋਹਣੀ ਵਧੀਆ। ਅਤੇ ਇਹ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਣੀਆ, ਇਹ ਉਹੀ ਸਥਾਨ ਆ, ਇਤਿਹਾਸ ਤੁਸੀਂ ਸਾਰੇ ਜਾਣਦੇ ਹੋ। ਜਿਹੜੇ ਜਦੋਂ ਵੀ ਅਸੀਂ ਬੀਬੀਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜਿਹੜੀ ਫੋਟੋ ਸਾਡੀਆਂ ਅੱਖਾਂ ਅੱਗੇ ਆਉਂਦੀ ਉਹ ਹੀ ਆ ਜਦੋਂ ਬੀਬੀਆਂ ਬੈਠੀਆਂ ਸੀਗੀਆਂ ਅਤੇ ਉਹਨਾਂ ਦੇ ਗਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਹਾਰ ਬਣਾ ਕੇ ਪਾਏ ਹੋਏ ਸੀ। ਇਹ ਉਹ ਸਥਾਨ ਆ, ਧੰਨ ਭਾਗ ਸਾਡੇ ਜਿੱਥੇ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ। ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਇਹ ਗੁਰਦੁਆਰਾ ਸਾਹਿਬ ਦੀ ਤਕਰੀਬਨ ਬਿਲਡਿੰਗ 2-3 ਸਾਲ ਪਹਿਲਾਂ ਹੀ ਬਣੀ ਹੈ, ਬਹੁਤ ਨਵੀਂ ਹੈ। 2005 ਦੇ ਵਿੱਚ ਇਹ ਬਣੀ ਹੈ ਬਿਲਡਿੰਗ, ਅਤੇ ਬਹੁਤ ਹੀ ਸੋਹਣਾ ਸਥਾਨ ਆ। ਥੱਲੇ ਲੰਗਰ ਹਾਲ ਹੈ, ਉੱਪਰ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਅਤੇ ਕਾਫੀ ਸੇਵਾ ਸੰਭਾਲ ਵਧੀਆ, ਸਫਾਈ ਹੈ, ਅਤੇ ਵਧੀਆ ਲੱਗਾ ਇੱਥੇ ਆਣ ਕੇ। ਇਹ ਪਹਿਲਾ ਸਥਾਨ ਆ ਜਿੱਥੇ ਮਹਾਰਾਜ ਨੇ ਦਰਸ਼ਨ ਕਰਵਾਏ ਆ। ਬਾਕੀ ਆਉਣ ਵਾਲੇ ਦਿਨਾਂ 'ਚ ਜਿਉਂ ਜਿਉਂ ਦਰਸ਼ਨ ਕਰਾਂਗੇ ਤੁਹਾਡੇ ਨਾਲ ਸਾਰੀ ਸਾਂਝ ਪਾਉਂਦੇ ਰਹਾਂਗੇ। ਇੱਥੇ ਵੀ ਸਥਾਨ ਦੇ ਤੁਹਾਨੂੰ ਚੰਗੀ ਤਰ੍ਹਾਂ ਦਰਸ਼ਨ ਕਰਾਉਂਦੇ ਗੁਰਦੁਆਰਾ ਸਾਹਿਬ ਦੇ। ਗੁਰਦੁਆਰਾ ਸਾਹਿਬ ਦੇ ਨਾਲ ਹੀ ਖੂਹ ਹੈ ਜਿਹਦੇ ਵਿੱਚ ਸ਼ਹੀਦੀਆਂ ਵੀ ਹੋਈਆਂ ਹੋਣਗੀਆਂ, ਨਾਲ ਹੀ ਉਹਦੇ ਜੇਲ੍ਹ ਹੈ ਜਿੱਥੇ ਭਾਈ ਤਾਰੂ ਸਿੰਘ ਜੀ ਜਾਂ ਜਿਹੜੀਆਂ ਬੀਬੀਆਂ ਨੂੰ ਆ ਜਿਨ੍ਹਾਂ ਨੂੰ ਉਹਨਾਂ ਨੂੰ ਉੱਥੇ ਕੈਦ ਰੱਖਿਆ ਗਿਆ, ਜਿੱਥੇ ਚੱਕੀਆਂ ਉਹਨਾਂ ਕੋਲੋਂ ਔਰ ਚੱਕੀ ਵੀ ਹੈ ਉੱਥੇ, ਜਿਹੜੀਆਂ ਚੱਕੀਆਂ ਉਹਨਾਂ ਨੂੰ ਪੀਸੀ, ਜਿਹੜਾ ਅਸੀਂ ਕਹਿੰਦੇ ਹਾਂ ਕਿ ਸਵਾ ਸਵਾ ਮਣ ਦੇ ਪੀਸਣ ਪੀਸੇ ਅਤੇ ਖੰਨੀ ਖੰਨੀ ਖਾ ਕੇ ਗੁਜ਼ਾਰਾ ਕੀਤਾ। ਬਿਲਕੁਲ, ਥੋੜ੍ਹਾ ਪ੍ਰਸ਼ਾਦਾ ਅਤੇ ਕੰਮ ਜ਼ਿਆਦਾ ਲੈਂਦੇ ਸੀ, ਤਾਂ ਉਹ ਜਿਹੜੀ ਸੀ ਉਹ ਵੀ ਚੱਕੀ ਉੱਥੇ ਹੀ ਆ, ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਅਤੇ ਆ ਜਾਓ ਨਾਲ ਚੱਲੀਏ। ਹਾਂਜੀ ਜੀ, ਆ ਜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਕਿ 2005 ਦੇ ਵਿੱਚ ਜਿਹੜੀ ਉਸਾਰੀ ਗਈ ਹੈ ਗਵਰਨਮੈਂਟ ਆਫ ਪੰਜਾਬ ਔਰ ਜਗਤ ਸੰਗਤ ਵੱਲੋਂ ਔਰ UK ਦੀ ਸੰਗਤ ਨੇ ਜਿਹੜਾ ਉਪਰਾਲਾ ਕੀਤਾ ਸੀ। ਆਓ ਤੁਹਾਨੂੰ ਪਹਿਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਜੀ। ਸਾਡੀ ਸਹਿਜਧਾਰੀ ਸੰਗਤ ਆਈ ਹੋਈ ਹੈ ਜੀ ਸਿੰਧ ਦੀ, ਘੁੰਮ ਘੁੰਮਾ ਕੇ ਇਹ ਸੰਗਤਾਂ ਕੁਛ ਆਉਂਦੀਆਂ ਜਾਂਦੀਆਂ ਜਿਹੜੀਆਂ ਨੇ ਉਹ ਸਟੇਅ ਕਰਦੀਆਂ ਨੇ ਇੱਥੇ ਗੁਰਦੁਆਰਾ ਸ੍ਰੀ ਸਿੰਘ ਸਿੰਘਨੀਆ ਨੌਲੱਖਾ ਬਾਜ਼ਾਰ ਲਾਹੌਰ। ਠੀਕ ਹੈ ਜੀ, ਇਹ ਲਾਹੌਰ ਦੇ ਵਿੱਚ ਅਸਥਾਨ ਹੈ ਜੀ। ਨੌਲੱਖਾ ਜਿਹਨੂੰ ਕਿਹਾ ਜਾਂਦਾ ਬਾਜ਼ਾਰ, ਔਰ ਨਾਲ ਹੀ ਨਾਲ ਇੱਥੇ ਨਖਾਸ ਚੌਕ ਹੈ। ਥੋੜ੍ਹੀ ਦੇਰ ਬਾਅਦ ਤੁਹਾਨੂੰ ਨਖਾਸ ਚੌਕ 'ਤੇ ਵੀ ਲੈ ਕੇ ਚੱਲਾਂਗੇ ਕਿ ਨਖਾਸ ਚੌਕ ਕਿਹੜਾ, ਫਿਰ ਭਾਈ ਤਾਰੂ ਸਿੰਘ ਜੀ ਜਿਹੜੇ ਹੈ ਉਹਨਾਂ ਦਾ ਸ਼ਹੀਦੀ ਅਸਥਾਨ। ਔਰ ਪਹਿਲੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੀ ਖੂਹ, ਉਹ ਤਾਰੀਖੀ ਖੂਹ ਵੀਰ ਜੀ, ਉਹ ਤਾਰੀਖੀ ਖੂਹ ਜਿਹਦੇ ਵਿੱਚ ਲਤਾਦਾਦ ਬੀਬੀਆਂ ਨੂੰ ਬੱਚਿਆਂ ਨੂੰ ਜਿਹੜਾ ਸੁੱਟ ਦਿੱਤਾ ਗਿਆ ਸ਼ਹੀਦ ਕਰਕੇ। ਇਹ ਉਹ ਜਗ੍ਹਾ ਜੀ ਨਿਸ਼ਾਨ ਸਾਹਿਬ, ਆਹ ਖੂਹ ਹੈ ਜੀ ਸੰਗਤ ਜੀ, ਕਰੋ ਦਰਸ਼ਨ ਕਰਾਓ ਜੀ।
ਜਿਹੜਾ ਖੂਹ ਦਾ ਅਸਲੀ ਆ ਜਿਹੜਾ ਉਦੋਂ ਇਹਦਾ ਉੱਪਰਲਾ ਲੈਵਲ ਸੀਗਾ ਉਹ ਤਕਰੀਬਨ ਹੁਣ 10 ਫੁੱਟ ਥੱਲੇ ਰਹਿ ਗਿਆ ਹੌਲੀ ਹੌਲੀ ਜਿਵੇਂ ਪਰਤ ਪੈਂਦੀ ਰਹਿੰਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਵੱਡੀਆਂ ਇੱਟਾਂ ਉੱਤੇ ਨਵੀਆਂ ਲੱਗੀਆਂ ਹੋਈਆਂ ਉਹ ਪਹਿਲਾਂ ਜਿਹੜਾ ਰਾਊਂਡ ਸੀਗਾ ਉਹ ਖੂਹ ਆ ਉੱਤੇ ਫਿਰ ਉਹ ਰੈਕਟੈਂਗੂਲਰ ਵੀ ਬਣਿਆ ਹੋਇਆ ਥੋੜ੍ਹਾ ਜਿਹਾ ਅਤੇ ਇਹ ਸਾਰਾ ਜਿਹੜਾ ਇਹ ਖੂਹ ਆ ਜੀ ਜਿੱਥੇ ਜਿਨ੍ਹਾਂ ਨੇ ਆਪਣੇ ਧਰਮ ਨੂੰ ਸੱਚੇ ਦਿਲੋਂ ਮੰਨਿਆ ਆਪਣੀਆਂ ਜਾਨਾਂ 'ਤੇ ਗਵਾਤੀਆਂ ਆਪਣਾ ਧਰਮ ਨਹੀਂ ਛੱਡਿਆ ਸਾਨੂੰ ਵੀ ਗੁਰੂ ਸਾਹਿਬ ਨੇ ਇਹੀ ਸਿਖਾਇਆ ਅਤੇ ਅਸੀਂ ਵੀ ਆਪਣੀ ਜ਼ਿੰਦਗੀ 'ਚ ਰਹਿੰਦੇ ਰਹਿੰਦੇ ਕਰ ਸਕੀਏ ਇਹੀ ਸਾਡੇ 'ਤੇ ਗੁਰੂ ਸਾਹਿਬ ਕਿਰਪਾ ਕਰਨ ਆ ਜਾਓ ਆਪਾਂ ਜੇਲ੍ਹ ਵੀ ਦਿਖਾਈਏ ਇੱਧਰ ਆਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਅਤੇ ਪਿੱਛੇ ਵੀ ਗਲੀ ਹੈ ਇੱਧਰ ਵੀ ਗਲੀ ਹੈ ਤਕਰੀਬਨ ਤਿੰਨ ਸਾਈਡਾਂ 'ਤੇ ਤਾਂ ਗਲੀਆਂ ਹੀ ਸੀਗੀਆਂ ਅਤੇ ਇਹ ਹੈ ਜੀ ਜੇਲ੍ਹ ਥੱਲੇ ਉਸ ਲੈਵਲ ਜ਼ਮੀਨੀ ਲੈਵਲ ਸੀਗਾ ਹੁਣ ਪਰਤ ਪੈ ਪੈ ਕੇ ਉੱਪਰ ਆ ਗਿਆ ਹੋਇਆ ਵਾ ਉਹ ਲੈਵਲ ਆ ਥੱਲੇ ਅਤੇ ਹਾਂਜੀ ਜੀ ਆ ਪਿੱਛੇ ਤਸਵੀਰ ਦੇ ਬਾਰੇ ਦੱਸਦੇ ਚੱਲੋ ਜਿਹੜਾ ਇੱਥੇ ਦਾ ਸਭ ਤੋਂ ਵੱਡਾ ਜਿਹੜਾ ਵਾਕਿਆ ਇਹ ਹੈ ਜੀ ਭਾਈ ਤਾਰੂ ਸਿੰਘ ਜਿਹੜੇ ਭਾਈ ਤਾਰੂ ਸਿੰਘ ਜੀ ਇਹ ਤਾਂ ਕੇਸਾਂ ਦੀ ਮਹੱਤਤਾ ਜਿਹੜੇ ਅਸੀਂ ਐਜ਼ ਏ ਸਿੱਖ ਅਸੀਂ ਭੁੱਲ ਰਹੇ ਹਾਂ ਸਾਡੀ ਅਗਲੀ ਪੀੜ੍ਹੀਆਂ ਜਿਹੜੀਆਂ ਇਸ ਚੀਜ਼ ਨੂੰ ਅੱਖੋਂ ਪਰੋਖੇ ਕਰ ਰਹੀਆਂ ਕਿ ਭਾਈ ਤਾਰੂ ਸਿੰਘ ਜੀ ਆਪਣੀ ਜਵਾਨੀ ਦੇ ਵਿੱਚ ਉਹਨਾਂ ਨੇ ਸ਼ਹੀਦ ਹੋਣਾ ਕਬੂਲ ਕਰ ਲਿਆ ਪਰ ਉਹਨਾਂ ਨੇ ਆਪਣੇ ਕੇਸ ਨਹੀਂ ਉਤਾਰਨ ਦਿੱਤੇ ਖੋਪੜੀ ਉਤਾਰ ਲਈ ਸਾਰੀ ਅਤੇ ਜਦੋਂ ਕਿ ਅਸੀਂ ਉਸੇ ਜਵਾਨੀ ਦੇ ਵਿੱਚ ਸਾਡੇ ਕੋਲ ਵੀ ਆਪਸ਼ਨ ਆ ਉਹਨਾਂ ਕੋਲ ਵੀ ਆਪਸ਼ਨ ਸੀਗੀ ਉਹ ਚਾਹੁੰਦੇ ਤਾਂ ਸਾਰੀਆਂ ਉਹਨਾਂ ਦੀਆਂ ਗੱਲਾਂ ਮੰਨ ਲੈਂਦੇ ਅਤੇ ਜਿੰਦਾ ਰਹਿ ਜਾਂਦੇ ਪਰ ਉਹਨਾਂ ਨੇ ਕਿਹਾ ਨਹੀਂ ਮੈਨੂੰ ਸਿੱਖੀ ਜ਼ਿਆਦਾ ਪਿਆਰੀ ਹੈ ਅਤੇ ਅਸੀਂ ਜਿਹੜੇ ਆ ਇਸ ਤੋਂ ਇਸ ਵੇਲੇ ਵਾਂਝੇ ਹੋਏ ਆ ਠੀਕ ਹੈ ਜੀ ਅੱਗੇ ਬੀਬੀਆਂ ਦਾ ਜ਼ਰਾ ਉਹ ਵੀ ਦਿਖਾ ਦਿਓ ਚੱਕੀਆਂ ਦਾ ਫੋਨ ਦੇ ਵਿੱਚ ਹਾਂਜੀ ਜੀ ਆ ਰਿਹਾ ਜੀ ਚੱਕੀ ਦਾ ਪਾਰਟ ਆ ਜੀ ਵੱਡੀ ਚੱਕੀ ਜਿਹੜੀ ਹੈ ਇਹ ਤਕਰੀਬਨ ਜੀ ਉਹ ਵਾਲੀਆਂ ਜਿਹੜੀਆਂ 2.25 ਮਣ ਦੀਆਂ ਚੱਕੀਆਂ ਜਿਹੜੀਆਂ ਵੱਡੀਆਂ ਚੱਕੀਆਂ ਹੁੰਦੀਆਂ ਇਹ 2.25 ਮਣ ਵਾਲੀ ਚੱਕੀ ਹੈ ਜੀ ਹੁਣ ਤਾਂ ਪੂਰੀ ਨਹੀਂ ਰਹਿ ਗਈ ਵਕਤ ਦੇ ਨਾਲ ਨਾਲ ਟੁੱਟ ਚੁੱਕੀ ਹੈ ਗੁਰੂ ਪਿਆਰੀ ਸੰਗਤ ਜੀ ਨਾਲ ਦੀ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਪੂਰੀ ਸੰਗਤ ਤੱਕ ਪਹੁੰਚਣੀ ਚਾਹੀਦੀ ਹੈ ਸਾਡੀ ਜ਼ਿੰਮੇਵਾਰੀ ਸੀ ਕਿ ਭਾਈ ਨਿਸ਼ਾਨ ਸਿੰਘ ਨੂੰ ਇੱਥੇ ਲਿਆ ਕੇ ਅਤੇ ਇਹਦੇ ਦਰਸ਼ਨ ਕਰਾਈਏ ਜਗ੍ਹਾ ਦੇ ਹੁਣ ਤੁਹਾਡਾ ਕੰਮ ਹੈ ਗੁਰੂ ਪਿਆਰੀ ਸੰਗਤ ਜੀ ਕਿ ਤੁਸੀਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਵਧਾਓ ਤਾਂ ਕਿ ਬਾਕੀ ਸੰਗਤਾਂ ਜਿਹੜੀਆਂ ਜਗਤ ਸੰਗਤ ਹੈ ਉਹ ਇਹ ਅਸਥਾਨ ਦੇਖ ਸਕਣ ਇਹ ਉਹੀ ਜੇਲ੍ਹ ਹੈ ਜੀ ਉਹੀ ਕਹਿ ਲਓ ਤੁਸੀਂ ਅਸਥਾਨ ਹੈ ਕਿ ਜਿੱਥੇ ਜਿਹੜਾ ਬੀਬੀਆਂ ਨੂੰ ਔਰ ਸਿੰਘਾਂ ਨੂੰ ਰੱਖਿਆ ਗਿਆ ਸੀ ਸ਼ਹੀਦੀਆਂ ਤੋਂ ਪਹਿਲੇ ਠੀਕ ਹੈ ਜੀ ਇਹ ਤੁਸੀਂ ਦੇਖ ਲਓ ਉਸ ਵੇਲੇ ਬੜੀ ਡੂੰਘੀ ਹੁੰਦੀ ਹੋਏਗੀ ਇਹ ਜੇਲ੍ਹ ਕਿਉਂਕਿ ਜੇਲ੍ਹ ਦੇ ਹਮੇਸ਼ਾ 20-25 ਫੁੱਟ ਉੱਤੇ ਜਾ ਕੇ ਇਹ ਖਿੜਕੀਆਂ ਜਿਹੜੀਆਂ ਸੀ ਉਹ ਹੁੰਦੀਆਂ ਸਨ ਜੀ ਠੀਕ ਹੈ ਜੀ ਇਹ ਦੂਸਰੇ ਪਾਸਾ ਹੈ ਜੀ ਜੇਲ੍ਹ ਦਾ ਇਹ ਸਿਰਫ ਕੋਈ 2 ਕੁ ਕਮਰੇ ਬਚੇ ਆ ਵਰਨਾ ਇਹਦੇ ਕਾਫ਼ੀ ਵੱਡੀਆਂ ਜਗ੍ਹਾ ਸੀਗੀਆਂ ਇੱਥੇ ਇਹ ਕੋਈ ਥੋੜ੍ਹੀ ਜਿੰਨੀ ਜਗ੍ਹਾ ਨਹੀਂ ਸੀ ਇਹ ਸਿਰਫ ਔਰ ਸਿਰਫ ਇਸ ਵਾਸਤੇ ਦਿਖਾਇਆ ਜਾ ਰਿਹਾ ਇੰਨਾ ਕੁ ਪਾਰਟ ਜਿਹੜਾ ਓਰਿਜਿਨਲ ਰਹਿ ਗਿਆ ਹੋਇਆ ਜਿਹੜਾ ਉਹਨੂੰ ਪਲਾਸਟਰ ਵਗੈਰਾ ਚੜ੍ਹਾ ਕੇ ਔਰ ਉਸੇ ਤਰ੍ਹਾਂ ਹੀ ਸੇਵਾ ਸੰਭਾਲ ਕੀਤੀ ਗਈ ਹੈ ਤਾਂ ਕਿ ਗੁਰਪਿਆਰੀ ਸੰਗਤ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਐਜੂਕੇਟ ਕਰ ਸਕਣ ਕਿ ਵਕਤ ਦੇ ਨਾਲ ਨਾਲ ਅੱਜ ਦੀ ਜਿਹੜੀ ਸਿੱਖੀ ਹੈ ਜਿਹੜਾ ਸਿੱਖੀ ਸਰੂਪ ਲੋਕ ਸਜਾਈ ਬੈਠੇ ਆ ਉਹਦੇ ਖਾਤਰ ਲੋਕਾਂ ਨੇ ਕਿੰਨੀਆਂ ਕਿੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਔਰ ਕਿੰਨੇ ਕਿੰਨੇ ਆਪਣੇ ਜਾਨਾਂ ਦੇ ਨਜ਼ਰਾਨੇ ਦਿੱਤੇ ਕਿਸੇ ਨੇ ਆਪਣਾ ਪੂਰਾ ਸਿਰ ਹੀ ਲਾ ਦਿੱਤਾ ਕਿਸੇ ਨੇ ਆਪਣੇ ਪੂਰੇ ਕਹਿ ਲਓ ਖੋਪੜ ਲਵਾ ਦਿੱਤਾ ਪਰ ਕੇਸ ਨਹੀਂ ਲਵਾਏ ਔਰ ਜੀ ਬੰਦ ਬੰਦ ਕਟਾ ਦਿੱਤਾ ਜਿਹਦੀ ਅਰਦਾਸ ਆਪ ਗੁਰੂ ਪਿਆਰੀ ਸੰਗਤ ਸੁਬਹਾ ਸ਼ਾਮ ਅਰਦਾਸ ਕਰਦੀ ਹੈ ਜੀ ਇਹ ਉਹਨਾਂ ਅਸਥਾਨਾਂ ਵਿੱਚੋਂ ਜਿੱਦਾਂ ਕਹਿੰਦੇ ਨੇ ਕਿ ਉਹਨਾਂ ਸਿੰਘਾਂ ਸਿੰਘਣੀਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਅਤੇ ਜਨਾਬੇ ਵਾਲੀ ਜਿਹੜੀ ਅਰਦਾਸ ਦੇ ਅੰਦਰ ਜਿਹੜੀ ਵਰਡਿੰਗ ਹੈ ਇਹ ਉਹੀ ਸ਼ਬਦ ਜਿਹੜੇ ਨੇ ਉਹਨੂੰ ਪੂਰਾ ਕਰਦੇ ਹੋਏ ਇਸ ਜਗ੍ਹਾ ਦੇ ਉੱਤੇ ਅਸੀਂ ਪਹੁੰਚੇ ਹਾਂ ਜਿਹੜਾ ਅਸੀਂ ਪੜ੍ਹਦੇ ਹਾਂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਨ ਆਰਿਆਂ ਨਾਲ ਚੁਰਾਏ ਜਿਹੜਾ ਤਨ ਆਰਿਆਂ ਨਾਲ ਚੁਰਾਏ ਚਲੋ ਇਹ ਤਾਂ ਦਿੱਲੀ ਦੀ ਗੱਲ ਆਪਾਂ ਕਹਿ ਦਿੰਦੇ ਹਾਂ ਤਨ ਆਰਿਆਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਾਸਾਂ ਸੰਗ ਨਿਭਾਈ
ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਸੋ ਜਿਹੜਾ ਇਹ ਜਿੰਨਾ ਅਸੀਂ ਅਰਦਾਸ ਦਾ ਇਹ ਪੈਰਾ ਵਾ ਜਿੰਨੀਆਂ ਇਹਦੇ ਵਿੱਚ ਗੱਲਾਂ ਤਕਰੀਬਨ ਸਾਰੀਆਂ ਇਸ ਏਰੀਏ ਦੇ ਵਿੱਚ ਹੋਈਆਂ ਜੀ ਜਿੱਥੇ ਸਿੰਘ ਸਿੰਘਣੀਆਂ ਦੀ ਸ਼ਹੀਦਾਂ ਉਦਾਂ ਦੇ ਵਿੱਚ ਸਮੁੱਚੇ ਸਾਰੇ ਸਿੱਖ ਜਗਤ ਦੇ ਸਿੰਘਾਂ ਸਿੰਘਣੀਆਂ ਦੀ ਗੱਲ ਆ, ਪਰ ਜਿਹੜਾ ਅਸੀਂ ਮੇਨ ਬੰਦ ਬੰਦ ਕਟਾਉਣ ਦਾ ਜਦੋਂ ਗੱਲ ਆਉਂਦੀ ਖੋਪਰ ਲਹਾਉਣ ਦੀ ਗੱਲ ਆਉਂਦੀ ਆ ਉਹ ਸਾਰਾ ਕੁਛ ਇੱਥੇ ਹੀ ਆ। ਇਸੇ ਗੁਰਦੁਆਰਾ ਸਾਹਿਬ ਦੇ ਲਾਗੇ ਹੁਣੇ ਅਸੀਂ ਜਾਵਾਂਗੇ ਜਿੱਥੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਸਥਾਨ ਆ, ਉਹ ਬਿਲਕੁਲ ਨਾਲ ਹੀ ਹੈ, 100-200 ਮੀਟਰ ਹੀ ਹੋਏਗਾ ਸ਼ਾਇਦ। ਨਹੀਂ ਟੋਟਲ ਇੱਥੋਂ 50 ਫੁੱਟ ਵੀ ਨਹੀਂ ਬੁਰਾ ਬਣਦਾ, ਸਿਰਫ ਗਲੀ ਬੰਦ ਆ ਨਾ ਇੱਥੋਂ, ਰਸਤਾ ਦੂਜਾ ਚੇਂਜ ਕਰਕੇ ਜਾਵਾਂਗੇ। ਮੈਂ ਤਾਂ ਅਜੇ ਗਿਆ ਨਹੀਂ, ਬਾਕੀ ਜੀ ਅਸੀਂ ਕਦੀ ਬੋਲੇ ਨਹੀਂ ਆ, ਵਾਧੂ ਘੱਟ ਗੱਲ ਕਹੀ ਜਾਵੇ ਮਾਫ਼ ਕਰਨਾ, ਅਤੇ ਫਿਰ ਕਰਦੇ ਹਾਂ ਤੁਹਾਡੇ ਦਰਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਇਹ ਮੇਰੇ ਵੀਰ ਆਏ ਆਸਟ੍ਰੇਲੀਆ ਤੋਂ ਡਿਊਰਿੰਗ ਮੇਰੀ ਆਸਟ੍ਰੇਲੀਆ ਦੀ ਜਿਹੜੀ ਕਹਿ ਲਓ ਤੁਸੀਂ, ਜਦੋਂ ਮੈਂ ਸਿੱਖ ਅੰਪਾਇਰ ਐਗਜ਼ੀਬਿਸ਼ਨ 'ਤੇ ਗਿਆ ਸੀਗਾ ਜਿੱਥੇ ਮੈਨੂੰ ਇੰਨੇ ਲੋਕ ਮਿਲੇ ਸੀ, ਉਹਨਾਂ ਦੇ ਵਿੱਚੋਂ ਮੈਨੂੰ ਇਹ ਵੀਰ ਵੀ ਮਿਲੇ ਸਨ, ਅਤੇ ਹੁਣ ਇਹ ਪਾਕਿਸਤਾਨ ਆਏ ਨੇ, ਸਾਨੂੰ ਸੇਵਾ ਦਾ ਮੌਕਾ ਦਿੱਤਾ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਉਹਨਾਂ ਉਹਨਾਂ ਸਥਾਨਾਂ ਦੇ ਦਰਸ਼ਨ ਕਰਾਈਏ ਜਿਹੜੀ ਕਿ ਜਗਤ ਸੰਗਤ ਜੀ ਦੀ ਸੋਚਦੀ ਹੈ ਕਿ ਜਿੱਥੇ ਖੁੱਲ੍ਹੇ ਦਰਸ਼ਨ 'ਤੇ ਦੀਦਾਰ ਕਰੀਏ, ਅਤੇ ਅਸੀਂ ਉਹ ਖੁੱਲ੍ਹੇ ਦਰਸ਼ਨ ਦੀਦਾਰ ਜਿਹੜੇ ਨੇ ਉਹਨਾਂ ਦਾ ਪ੍ਰਬੰਧ ਵੈਸੇ ਵੀ ਕਰਦੇ ਰਹਿੰਦੇ ਹਾਂ, ਅਤੇ ਹੁਣ ਵੀ ਕੋਸ਼ਿਸ਼ ਹੈ ਸਾਡੀ ਕਿ ਅਸੀਂ ਤੁਹਾਨੂੰ ਉਹ ਚੀਜ਼ਾਂ ਦਿਖਾਈਏ ਜਿਹੜੀਆਂ ਕਿ ਸੰਗਤ ਕੋਲੋਂ ਵਿਛੜੀਆਂ ਹੋਈਆਂ ਨੇ। ਰੱਬ ਰਾਖਾ ਜੀ, ਡੋਂਟ ਮਿਸ ਇਟ, ਔਰ ਇਹਨੂੰ ਨਾਲ ਦੀ ਨਾਲ ਤੁਸੀਂ ਸ਼ੇਅਰ ਕਰ ਦਿਉ, ਔਰ ਅਸੀਂ ਫਿਰ ਤੁਹਾਨੂੰ ਦਿਖਾਉਂਦੇ ਹਾਂ ਸ਼ਹੀਦੀ ਸਥਾਨ ਭਾਈ ਤਾਰੂ ਸਿੰਘ ਜੀ। ਠੀਕ ਹੈ ਜੀ, ਜਾਣਾ ਨਹੀਂ ਹੈ ਕਿਧਰੇ ਵੀ, ਬਲਕਿ ਹੋਰ ਸੰਗਤਾਂ ਨੂੰ ਇਨਵਾਈਟ ਕਰ ਲਓ ਸ਼ਾਹਿਦ ਸ਼ਬੀਰ ਆਫਿਸ਼ੀਅਲ 'ਤੇ। ਇਸੇ ਲਈ ਮੈਂ ਕਿਸੇ ਹੋਰ ਪੇਜ 'ਤੇ ਨਹੀਂ ਗਿਆ ਤਾਂ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਨੇ ਇਹਦੇ ਦਰਸ਼ਨ ਦੀਦਾਰੇ ਕਰ ਸਕੋ ਜਗ੍ਹਾ ਦੇ। ਠੀਕ ਹੈ ਜੀ, ਯਾਤਰੀ ਨਿਵਾਸ ਸੰਗਤ ਗੁਰਦੁਆਰਾ ਸ੍ਰੀ ਸ਼ਹੀਦ ਸਿੰਘ ਸਿੰਘਣੀਆਂ, ਇਹਦਾ ਨਾਮ ਹੀ ਜੀ ਇਹੀ ਰੱਖਿਆ ਗਿਆ ਜੀ। ਰੱਬ ਰਾਖਾ ਜੀ।